ਹਾਂਜੀ ਸਤਿ ਸ਼੍ਰੀ ਅਕਾਲ ਦੋਸਤੋ, ਤੁਹਾਡਾ ਸਵਾਗਤ ਹੈ ਜੀ ਸਾਡੇ YouTube ਚੈਨਲ ਹਰੀਕਾ ਜੋਬ ਅਲਰਟ ਤੇ। ਦੋਸਤੋ, ਜੇਕਰ ਤੁਸੀਂ ਚੈਨਲ ਪਹਿਲੀ ਵਾਰ ਵਿਜ਼ਿਟ ਕਰ ਰਹੇ ਹੋ, ਚੈਨਲ ਨੂੰ ਸਬਸਕ੍ਰਾਈਬ ਕਰ ਲਓ, ਬੈਲ ਆਈਕਨ ਦਬਾ ਲਓ ਹਰ ਨਵੀਂ ਅਪਡੇਟ ਦੇ ਲਈ। ਦੋਸਤੋ, ਅਧੀਨ ਸੇਵਾਵਾਂ ਚੋਣ ਬੋਰਡ ਵੱਲੋਂ ਨਵੀਂ ਭਰਤੀ ਦਾ ਨੋਟੀਫਿਕੇਸ਼ਨ ਜਾਰੀ ਕੀਤਾ ਗਿਆ। ਇਸ਼ਤਿਹਾਰ ਨੰਬਰ 6/2024 ਜਾਰੀ ਹੋ ਚੁੱਕਿਆ। ਵੱਖ ਵੱਖ ਅਸਾਮੀਆਂ ਦੀ ਕੁੱਲ ਗਿਣਤੀ ਜਿਹੜੀ 10 ਹੈ ਜੀ। ਇਹਦੇ ਵਿੱਚ ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ ਪੰਜਾਬ ਦੇ ਵਿੱਚ ਲੇਖਾਕਾਰ ਰੱਖੇ ਜਾਣੇ ਆ 2 ਪੋਸਟਾਂ। ਡਾਇਰੈਕਟਰ ਤੇ ਵਾਰਡਨ ਮੱਛੀ ਪਾਲਣ ਵਿਭਾਗ ਦੇ ਵਿੱਚ ਮਲਟੀਪਰਪਸ ਫਿਸ਼ਰੀ ਸਕਿੱਲਡ ਵਰਕ ਰੱਖੇ ਜਾਣੇ ਜੀ 5। ਡਾਇਰੈਕਟਰ ਤੇ ਵਾਰਡਨ ਮੱਛੀ ਪਾਲਣ ਵਿਭਾਗ ਦੇ ਵਿੱਚ ਦੋਸਤੋ ਲੈਬੋਰੇਟਰੀ ਟੈਕਨੀਸ਼ੀਅਨ ਦੀਆਂ 3 ਪੋਸਟਾਂ, ਟੋਟਲ ਜਿਹੜੀਆਂ 10 ਪੋਸਟਾਂ ਨੇ ਇਹ। ਤੇ ਉਸ ਤੋਂ ਬਾਅਦ ਜੀ ਡਿਟੇਲ ਦੇ ਵਿੱਚ ਤੁਹਾਨੂੰ ਜਾਣਕਾਰੀ ਦਿੰਦੇ ਹਾਂ, ਫਾਰਮ ਜਿਹੜੇ ਅਪਲਾਈ ਕਰ ਸਕਦੇ ਹੋ ਤੁਸੀਂ 19 ਜੁਲਾਈ 2024 ਤੋਂ ਲੈ ਕੇ 9 ਅਗਸਤ 2024 ਤੱਕ ਫਾਰਮ ਭਰੇ ਜਾਣੇ ਜੀ। ਫੀਸ ਜਿਹੜੀ ਭਰੀ ਜਾਣੀ ਆ 12 ਅਗਸਤ 2024 ਤੱਕ ਭਰੀ ਜਾਣੀ ਹੈ ਜੀ। ਤੇ ਜਿਹੜੀਆਂ ਇਹ ਪੋਸਟਾਂ ਦੋਸਤੋ, ਇਹਦੇ ਦੋਸਤੋ ਲੇਖਾਕਾਰ ਦੀ ਜਿਹੜੀ ਪੋਸਟ ਹੈ ਇਹ ਗਰੁੱਪ ਬੀ ਦੀ ਪੋਸਟ ਤੁਸੀਂ ਕਹਿ ਸਕਦੇ ਹੋ, ਕਿ 35,400 ਇਹਦਾ ਪੇ ਸਕੇਲ ਹੈ ਜੀ। ਤੇ ਇਹਦੇ ਵਿੱਚ ਖੇਤੀਬਾੜੀ ਦੇ ਕਿਸਾਨ ਭਲਾਈ ਵਿਭਾਗ ਦੇ ਵਿੱਚ ਲੇਖਾਕਾਰ ਰੱਖੇ ਜਾਣੇ ਆ। ਜਨਰਲ ਕੈਟੇਗਰੀ ਦੀ ਕੋਈ ਪੋਸਟ ਨਹੀਂ ਹੈਗੀ ਇਹਦੇ 'ਚ। BC ਕੈਟੇਗਰੀ ਦੀ ਇੱਕ ਪੋਸਟ ਹੈ, ਇੱਕ ਐਕਸ ਸਰਵਿਸਮੈਨ ਜਨਰਲ ਦੀ ਹੈ, ਟੋਟਲ 2 ਹੈ। ਇਹ ਅਸਾਮੀਆਂ ਪੰਜਾਬ ਰਾਜ ਗੋਦਾਮ ਨਿਗਮ ਚੰਡੀਗੜ੍ਹ ਦੀਆਂ ਅਸਾਮੀਆਂ ਨੇ। ਚੰਡੀਗੜ੍ਹ ਦੀ ਵਿਖੇ ਤੁਹਾਡੀ ਪੋਸਟਿੰਗ ਹੋਏਗੀ ਅਕਾਊਂਟੈਂਟ ਦੀਆਂ ਪੋਸਟਾਂ ਦੇ ਲਈ, ਯਾਨੀ ਕਿ ਲੇਖਾਕਾਰ ਦੀ ਪੋਸਟ ਦੇ ਲਈ। ਉਸ ਤੋਂ ਬਾਅਦ ਜੀ ਜਿਹੜੀਆਂ ਆ ਗਈਆਂ ਮਲਟੀਪਰਪਜ਼ ਫਿਸ਼ਰੀ ਸਕਿੱਲਡ ਵਰਕਰ ਦੀਆਂ ਜਿਹੜੀਆਂ 5 ਪੋਸਟਾਂ, ਇਹਦੇ 'ਚ SCMB ਦੀ ਇੱਕ ਪੋਸਟ ਹੈ, ਇੱਕ BC ਦੀ ਹੈ, ਇੱਕ ਐਕਸ ਸਰਵਿਸਮੈਨ ਜਨਰਲ ਦੀ ਹੈ, ਇੱਕ ਫਿਜ਼ੀਕਲੀ ਹੈਂਡੀਕੈਪਡ ਦੀ ਹੈ, ਇੱਕ EWS ਦੀ ਹੈ, ਟੋਟਲ 5 ਹੈਗੀਆਂ। ਲੈਬੋਰਟਰੀ ਟੈਕਨੀਸ਼ੀਅਨ ਦੀਆਂ 3 ਪੋਸਟਾਂ 'ਚ 2 ਜਨਰਲ ਦੀਆਂ, ਇੱਕ SCMB ਦੀ ਆ। ਤੇ ਇਹਦੇ ਵਿੱਚ ਦੋਸਤੋ ਫਰਦਰ ਜੇ ਗੱਲ ਕਰੀਏ ਇਹਨਾਂ ਪੋਸਟਾਂ ਦੇ ਵਿੱਚ ਕੁਆਲੀਫਿਕੇਸ਼ਨ ਦੀ, ਤਾਂ ਲੇਖਾਕਾਰ ਦੇ ਲਈ ਤੁਸੀਂ MCOM ਕੀਤੀ ਹੋਵੇ ਫਸਟ ਡਿਵੀਜ਼ਨ ਦੇ ਵਿੱਚ, ਤੇ ਐਟ ਲੀਸਟ ਤੁਹਾਡੇ ਕੋਲ 5 ਸਾਲ ਦਾ ਤਜਰਬਾ ਹੋਣਾ ਚਾਹੀਦਾ ਇਨ ਪਬਲਿਕ ਸੈਕਟਰ ਅੰਡਰਟੇਕਿੰਗ, ਯਾਨੀ ਕਿ ਕਿਸੇ PSU ਦਾ ਜਾਂ ਫਿਰ ਕਿਸੇ ਲਿਮਿਟਿਡ ਕੰਪਨੀ ਦਾ। ਪ੍ਰੈਫਰੈਂਸ ਦਿੱਤੀ ਜਾਏਗੀ ਉਹਨਾਂ ਕੈਂਡੀਡੇਟਸ ਨੂੰ ਜਿਨ੍ਹਾਂ ਨੂੰ ਨੌਲੇਜ ਹੋਏਗੀ ਕੰਪਿਊਟਰ ਆਪਰੇਸ਼ਨਸ ਦੀ, ਡਾਟਾ ਐਂਟਰੀ ਦੀ, ਰਿਟਰੀਵਲ ਆਫ ਇਨਫੋਰਮੇਸ਼ਨ ਦੀ। ਮਲਟੀਪਰਪਜ਼ ਫਿਸ਼ਰੀ ਸਕਿੱਲਡ ਵਰਕਰ ਦੇ ਲਈ ਤੁਸੀਂ ਡਿਪਲੋਮਾ ਕੀਤਾ ਹੋਵੇ ਇਲੈਕਟ੍ਰੀਕਲ ਇੰਜੀਨੀਅਰਿੰਗ ਦੇ ਵਿੱਚ ਜਾਂ ਫਿਰ ਮਕੈਨੀਕਲ ਇੰਜੀਨੀਅਰਿੰਗ ਦੇ ਵਿੱਚ। ਲੈਬੋਰਟਰੀ ਟੈਕਨੀਸ਼ੀਅਨ ਦੇ ਲਈ ਤੁਸੀਂ ਗ੍ਰੈਜੂਏਟ ਹੋਣੇ ਚਾਹੀਦੇ ਹੋ ਲੈਬ ਟੈਕਨੀਸ਼ੀਅਨ ਜਾਂ ਫਿਰ ਬਾਇਓਲੋਜੀ ਜਾਂ ਕੈਮਿਸਟਰੀ ਜਾਂ ਬਾਇਓਟੈਕਨੋਲੋਜੀ ਜਾਂ ਫਿਰ ਮਾਈਕਰੋਬਾਇਓਲੋਜੀ ਜਾਂ ਫਿਰ ਬਾਇਓ ਇਨਫੋਰਮੈਟਿਕਸ ਦੇ ਵਿੱਚ ਜਾਂ ਫਿਰ ਫੋਰੈਂਸਿਕ ਸਾਇੰਸ ਦੇ ਵਿੱਚ ਜਾਂ ਫਿਰ ਨਰਸਿੰਗ ਦੇ ਵਿੱਚ, ਠੀਕ ਹੈ ਜੀ। ਇਹਨਾਂ 'ਚੋਂ ਕਿਸੇ ਵੀ ਇੱਕ ਸਟ੍ਰੀਮ ਤੁਸੀਂ ਗ੍ਰੈਜੂਏਟ ਹੋਵੋ ਅਪਲਾਈ ਕਰ ਸਕਦੇ। ਤੇ ਇਹਦੇ ਵਿੱਚ ਤੁਹਾਡਾ ਪੰਜਾਬੀ ਦਾ ਪੇਪਰ ਹੋਏਗਾ ਜੀ, ਠੀਕ ਹੈ। ਉਸ ਚੀਜ਼ ਦਾ ਧਿਆਨ ਰੱਖਣਾ ਜਿਹੜੀਆਂ ਗਰੁੱਪ C ਦੀਆਂ ਪੋਸਟਾਂ ਉਹਨਾਂ ਦੇ ਲਈ। ਤੇ ਤਨਖਾਹ ਸਕੇਲ ਦੀ ਗੱਲ ਕਰੀਏ, ਲੇਖਾਕਾਰ ਯਾਨੀ ਅਕਾਊਂਟੈਂਟ ਦੇ ਲਈ 35,400 ਵਾਲਾ ਪੇ ਸਕੇਲ ਹੈ ਜੀ। ਲੈਵਲ 6 ਦੇ ਅਕੋਰਡਿੰਗ ਤੁਹਾਨੂੰ ਸੈਲਰੀ ਮਿਲੇਗੀ। ਮੁੱਢਲੀ ਤਨਖਾਹ ਤੋਂ ਇਲਾਵਾ ਇਸ ਸਕੇਲ ਦੇ ਸਨਮੁਖ ਹਰ ਤਰ੍ਹਾਂ ਦੇ ਭੱਤਿਆਂ ਬਾਰੇ ਫੈਸਲਾ ਬਾਅਦ 'ਚ ਕੀਤਾ ਜਾਵੇਗਾ। 6ਵੇਂ ਤਨਖਾਹ ਸਮੋਟ ਪ੍ਰਾਪਤ ਹੋਣ ਉਪਰੰਤ ਉਸਦੇ ਸਨਮੁਖ ਇਸ ਪੇ ਮੈਟ੍ਰਿਕਸ ਵਿੱਚ ਮੁੜ ਕੋਈ ਰਿਵੀਜ਼ਨ ਨਹੀਂ ਕੀਤੀ ਜਾਵੇਗੀ, ਠੀਕ ਹੈ। ਤਾਂ ਕੁਛ ਕੁ ਹਦਾਇਤਾਂ ਨੇ ਇੱਥੇ ਨੋਟ ਕਰ ਲਿਓ। ਮਲਟੀਪਰਪਜ਼ ਫਿਸ਼ਰੀ ਸਕਿੱਲਡ ਵਰਕਰ ਦਾ ਇਹਨਾਂ ਦੱਸਿਆ ਕਿ 5,910 to 2,200+1,900 ਗ੍ਰੇਡ ਪੇ ਵਾਲਾ ਜਿਹੜਾ ਪੇ ਸਕੇਲ ਹੈ, ਅਨਰਿਵਾਈਜ਼ਡ ਪੇ ਸਕੇਲ ਹੈ, ਠੀਕ ਹੈ। ਪੇ ਸਕੇਲ ਹਜੇ ਰਿਵਾਈਜ਼ ਨਹੀਂ ਹੋਇਆ ਇਸ ਪੋਸਟ ਦਾ। ਤਾਂ ਭੱਤੇ ਸਮੇਂ ਸਮੇਂ ਸਿਰ ਸਰਕਾਰ ਦੀਆਂ ਹਦਾਇਤਾਂ ਅਨੁਸਾਰ ਵਿੱਤ ਵਿਭਾਗ ਵੱਲੋਂ ਜਾਰੀ ਨੋਟੀਫਿਕੇਸ਼ਨ ਨੰਬਰ 15/1/15 ਅਨੁਸਾਰ ਪਰ ਕਾਲ ਦੇ ਸਮੇਂ ਦੌਰਾਨ 5ਵੀਂ ਤਨਖਾਹ ਜਿਹੜੀ ਤੁਹਾਨੂੰ ਮਿਲੇਗੀ, ਠੀਕ ਹੈ ਜੀ। ਤਾਂ ਜੋ ਵੀ ਰਿਵਾਈਜ਼ ਹੋਏਗਾ ਪੇ ਸਕੇਲ ਜਾਂ 7ਵੇਂ ਦੇ ਅਕੋਰਡਿੰਗ ਜਿਵੇਂ ਵੀ ਦਿੱਤੀ ਜਾਣੀ ਤੁਹਾਨੂੰ ਦੱਸ ਦੇਣਗੇ ਇਹ, ਠੀਕ ਹੈ। ਲੈਬੋਰਟਰੀ ਟੈਕਨੀਸ਼ੀਅਨ ਦੇ ਲਈ 19,900 ਵਾਲਾ ਪੇ ਸਕੇਲ ਹੈ ਜੀ। ਉਮਰ ਸੀਮਾ 1/1/2024 ਦੇ ਅਨੁਸਾਰ 18 to 37 ਹੈ ਜੀ। SCBC ਲਈ 42 ਸਾਲ, ਰਾਜ ਕੇਂਦਰ ਸਰਕਾਰ ਦੇ ਕਰਮਚਾਰੀਆਂ ਲਈ 45 ਸਾਲ ਤੱਕ ਦੀ ਏਜ ਰਿਲੈਕਸੇਸ਼ਨ ਆ।
ਉਸ ਤੋਂ ਬਾਅਦ ਫੀਸ ਦੀ ਗੱਲ ਕਰੀਏ ਤਾਂ ਜਨਰਲ ਕੈਟੇਗਰੀ ਸੁਤੰਤਰਤਾ ਸੰਗਰਾਮੀ ਖਿਡਾਰੀਆਂ ਲਈ 1,000 ਰੁਪਇਆ ਫੀਸ ਹੈ, SCBCWS ਲਈ 250 ਰੁਪਇਆ, ਐਕਸ ਸਰਵਿਸਮੈਨ ਡਿਪੈਂਡੈਂਟ ਲਈ 200 ਰੁਪਇਆ, ਫਿਜ਼ੀਕਲੀ ਹੈਂਡੀਕੈਪਡ ਲਈ 500 ਰੁਪਇਆ ਫੀਸ ਰੱਖੀ ਹੋਈ ਹੈ। ਅਤੇ ਬਾਕੀ ਦਾ ਡਿਟੇਲ ਸਿਲੇਬਸ ਜਿਹੜਾ ਬਾਅਦ 'ਚ ਉਹਨਾਂ ਦੀ ਵੈਬਸਾਈਟ 'ਤੇ ਆ ਜਾਏਗਾ, ਜਦੋਂ ਵੀ ਆਏਗਾ ਤੁਹਾਡੇ ਤੱਕ ਜਾਣਕਾਰੀ ਉਹਦੀ ਜ਼ਰੂਰ ਸਾਂਝੀ ਕਰਾਂਗੇ। ਅਤੇ ਮੇਨ ਮੇਨ ਸਾਰੀ ਜਾਣਕਾਰੀ ਤੁਹਾਨੂੰ ਦੇ ਦਿੱਤੀ ਆ, ਕੋਈ ਸ਼ੱਕ ਸ਼ੰਕਾ ਕਮੈਂਟ ਸੈਕਸ਼ਨ ਦੇ ਵਿੱਚ ਕਮੈਂਟ ਕਰਕੇ ਪੁੱਛ ਸਕਦੇ ਹੋ। ਬਾਕੀ ਅਪਡੇਟਸ ਦੇ ਨਾਲ ਬਣੇ ਰਹੋ, ਜੁੜੇ ਰਹੋ, ਚੈਨਲ ਨੂੰ ਸਬਸਕ੍ਰਾਈਬ ਕਰੋ। ਧੰਨਵਾਦ ਦੋਸਤੋ, ਸਤਿ ਸ਼੍ਰੀ ਅਕਾਲ।